ਚਿਰੰਜੀਵੀ ਮਿੱਤਰ ਕੀ ਹਾਲ ਚਾਲ ਹੈ ਤੁਹਾਡਾ ਤੁਸੀਂ ਵੀ ਦੱਸ ਦਿਓ ਤੇ ਅੱਜ ਆਪਾਂ ਚੱਲੇ ਹਾਂ ਜੀ ਭੂਆ ਕੋਲੇ ਸਾਰੀਆਂ ਭੂਆ ਕੋਲੇ ਚੱਲੇ ਹਾਂ ਦੀਵਾਲੀ ਦੇਣ ਡੱਬੇ ਡੁੱਬੇ ਹੈ ਤਾਂ ਕੋਈ ਲਿਆ ਨਹੀਂ ਰਾਸਤੇ 'ਚ ਕੋਈ ਫੜਾਂਗੇ ਅਤੇ ਦੂਜੀ ਗੱਡੀ ਦੀ ਆਪਣੀ ਅੱਜ ਅਲਾਈਨਮੈਂਟ ਅਲੂਨਮੈਂਟ ਖਰਾਬ ਸੀਗੀ ਟਾਇਰ ਨਵੇਂ ਪਾਏ ਸੀ ਪਰ ਅਲਾਈਨਮੈਂਟ ਨਹੀਂ ਕਰਵਾਈ ਸੀਗੀ ਤਾਂ ਕਰਕੇ ਉਹ ਗੱਡੀ ਨਹੀਂ ਅੱਜ ਆਪਾਂ ਨੈਕਸੋਨ ਲੈ ਕੇ ਚੱਲੇ ਹਾਂ ਅਤੇ ਵਾਢੀ ਬੂਟੀ ਸ਼ੁਰੂ ਹੋ ਗਈ ਇੱਧਰ ਤਾਂ ਆਪਣੇ ਅਜੇ ਹੋਈ ਨਹੀਂ ਹੈਗੀ ਬਾਕੀ ਮੌਸਮ ਵੀ ਹਜੇ ਦੇਖ ਲਓ ਦੀਵਾਲੀ ਕੋਲ ਆ ਗਈ 3-4 ਦਿਨ ਹੀ ਰਹਿ ਗਏ ਅਤੇ ਸੂਰਜ ਪੂਰਾ ਨਿਕਲਿਆ ਹੋਇਆ ਨਹੀਂ ਤਾਂ ਦੀਵਾਲੀ ਵਾਲੇ ਦਿਨਾਂ ਤੱਕ ਪੂਰੀ ਠੰਡ ਪੈਂਦੀ ਹੁੰਦੀ ਹੈ ਲੋਕ ਕੋਟ ਕੋਟ ਪਾ ਕੇ ਰੱਖਦੇ ਹੁੰਦੇ ਆ ਹਾਂਜੀ ਮਿੱਤਰੋ ਮੋਹੀ ਪਹੁੰਚ ਚੁੱਕੇ ਹਾਂ ਆਪਾਂ ਇੱਥੇ ਜਿਹੜੇ ਆਲੇ ਦੁਆਲੇ ਤੁਸੀਂ ਖੱਤੇ ਦੇਖ ਰਹੇ ਹੋ ਨਾ ਝੋਨੇ ਦੇ ਇੱਥੇ ਕਿਸੇ ਵਕਤ ਹੁਣ ਜਿਵੇਂ ਹੁਣ ਝੋਨਾ ਵੱਢਣ ਸਾਰੀ ਖਰਬੂਜੇ ਲੱਗੇ ਹੋਣਗੇ ਇੰਨੇ ਖਰਬੂਜੇ ਹੁੰਦੇ ਆ ਬਹੁਤ ਬੜੇ ਮਿੱਠੇ ਖਰਬੂਜੇ ਹੁੰਦੇ ਬੜੇ ਘੈਂਟ ਹੁੰਦੇ ਮੈਂ ਹਮੇਸ਼ਾ ਲੈ ਕੇ ਜਾਂਦਾ ਇੱਥੋਂ ਜਦ ਵੀ ਜਾਂਦਾ ਹੁਣ ਅਰੇ ਗੁਰੂ ਗੱਡੀ ਚਲਾਉਣੀ ਸਿਖਾ ਰਹੇ ਆ ਬੜਾ ਮੈਂ ਇਹਨਾਂ ਨੂੰ ਛੇੜਦਾ ਹੁੰਦਾ ਕਦੇ ਕਦੇ ਜਦੋਂ ਮੇਰਾ ਮਨ ਕਰੇ ਨਾ ਵੀ ਹਾਂ ਕੋਈ ਮਾੜਾ ਪੰਗਾ ਜਿਹਾ ਲੈ ਕੇ ਨਿਕਲੇ ਪੰਗਾ ਲੈਣ ਦਾ ਤੁਹਾਨੂੰ ਪਤਾ ਹੈਗਾ ਸ਼ੌਂਕ ਬੜਾ ਛੇੜ ਕੇ ਨੰਗੀ ਦਾ ਜਦੋਂ ਵੀ ਨੰਗੀ ਦਾ ਐਸਿਆਂ ਕੋਲੋਂ ਦੀਵਾਲੀ ਦੇ ਡੱਬੇ ਡੁੱਬੇ ਇੱਥੋਂ ਲੈ ਲਈਏ ਗੱਡੀ ਇੱਥੇ ਖੜਾ ਦੀ ਸੀਗੀ ਪੁੱਛ ਲਈਏ ਕੀ ਰੇਟ ਰੂਟ ਲੈਣਾ ਕੀ ਹੈਗਾ ਪਤੀਸਾ ਬਾਕੀ ਦੇਖ ਲਓ ਕਿੰਨਾ ਘੈਂਟ ਲੱਗਦਾ ਪਿਆ ਨਾ ਗਜਰੇਲੇ ਵਾਲੀ ਬਰਫੀ ਖੋਏ ਵਾਲੀ ਬਰਫੀ ਲੱਡੂ ਜਿਨ੍ਹਾਂ ਨੂੰ ਇਹ ਚੀਜ਼ਾਂ ਪਸੰਦ ਨੇਗੀਆਂ ਦੇਖਦੇ ਮੂੰਹ 'ਚ ਪਾਣੀ ਲੈ ਚਲੋ ਖਾ ਤਾਂ ਤੁਸੀਂ ਸਕਦੇ ਨੇ ਬਾਕੀ ਵਿਆਹ ਵੇਲੇ ਨਾ ਅਸੀਂ ਉਰੇ ਹੀ ਖੜ੍ਹੇ ਸੀਗੇ ਸਾਰੇ ਵੀਰੇ ਹੁਣੀ ਪੁੱਲ ਚਿੱਲ ਚੁੱਲ ਕੀਤਾ ਯਾਰ ਜਿੱਥੇ ਡੱਬੇ ਜੇ ਪਏ ਇੱਥੇ ਗੱਡੀਆਂ ਲਾ ਕੇ ਇੱਧਰੋਂ ਰਾਏਕੋਟਾ ਬਸ 15-20 ਮਿੰਟ ਦੀ ਦੂਰੀ 'ਤੇ ਹੀ ਇੱਧਰੋਂ ਲੁਧਿਆਣਾ ਆ ਜਾਂਦਾ ਆਪਾਂ ਇੱਧਰ ਨੂੰ ਜਾਣਾ ਜਿਹੜਾ ਆਹ ਪੁੱਲ ਦਿਖਦਾ ਵਾ ਪੁੱਲ ਨਹੀਂ ਸੱਚ ਗੇਟ ਦਿਖਦਾ ਵਾ ਪਹਿਲਾਂ ਤਾਂ ਤੁਹਾਡੇ ਬਾਈ ਦੀ ਲੁੱਕ ਦੇਖੋ ਅੱਜ ਕੁੜਤਾ ਪਜਾਮਾ ਪਾਇਆ ਹੋਇਆ ਪੂਰਾ ਗੱਡਮਾ ਬੂਟ ਕੱਟ ਅਤੇ ਪੱਗ ਪੁੱਗ ਆਪਾਂ ਪੂਰੀ ਬੰਨ੍ਹੀ ਹੋਈ ਆ ਧੁੱਪ ਬੜੀ ਤੇਜ਼ ਪੈਂਦੀ ਆ ਇਹ ਨਾਨੀ ਨੇ ਮੈਨੂੰ ਕੁੜਤਾ ਪਜਾਮਾ ਬਣਵਾ ਕੇ ਦਿੱਤਾ ਸੀਗਾ ਵਿਆਹ ਵੇਲੇ ਬੜਾ ਘੈਂਟ ਕੁੜਤਾ ਪਜਾਮਾ ਬਣਾਇਆ ਸੀ ਅਤੇ ਰੈਕੋਟ ਬਣਵਾਇਆ ਸੀ ਜਾਣੀ ਕਿ ਇਹ ਪਰ ਹੁਣ ਮੇਰੇ ਉੱਚਾ ਹੋਣ ਲੱਗ ਗਿਆ ਆਪਾਂ ਕਿ ਹੁਣ ਘਰੇ ਘੁਰੇ ਪਾ ਲਿਆ ਕਰੀਏ ਤਾਂ ਕਰਕੇ ਪਤੀਸਾ ਹੀ ਲਿਆ ਸਾਰੀਆਂ ਭੂਆ ਵਾਸਤੇ ਕਿਉਂਕਿ ਇੱਕ ਮਿੰਟ ਉਹਨੂੰ ਖੋਲ ਲਈਏ ਪਹਿਲਾਂ ਕਿਉਂਕਿ ਕਈ ਵਾਰ ਕਿਸੇ ਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਪਰ ਪਤੀਸਾ ਇਹੋ ਜਿਹੀ ਚੀਜ਼ ਹੈ ਜਿਹੜੀ ਹਰੇਕ ਨੂੰ ਪਸੰਦ ਆਉਂਦੀ ਹੈ ਚਲੋ ਹੁਣ ਆਪਾਂ ਨਿਕਲੀਏ ਆਹ ਕਿਹੜੀ ਗਿਆ ਹੋਇਆ ਵਾਪਸ ਚੱਲਦੇ ਹਾਂ ਹੁਣ ਉਹ ਜੀ ਸਭ ਤੋਂ ਪਹਿਲਾਂ ਆਪਾਂ ਕੁੱਕਾਂ ਭੋਕਲੇ ਆਉਣਾ ਪਈ ਪਹਿਲਾਂ ਮਨਜੀਤਾਂ ਭੋਕਲੇ ਸਭ ਤੋਂ ਪਹਿਲਾਂ ਆਪਾਂ ਮਨਜੀਤਾਂ ਭੋਕਲੇ ਚੱਲੀ ਪਹਿਲਾਂ ਗੁਰਦੁਆਰਾ ਸਾਹਿਬ ਆ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਰੱਖਿਓ ਤਾਂ ਪਹਿਲਾਂ ਆਪਾਂ ਕੇਲੇ ਜਿਹੇ ਵੀ ਲੈਣੇ ਸੀ ਪਿੱਛੇ ਭੁੱਲ ਗਏ ਮਾਰਕੀਟ 'ਚੋਂ ਕੇਲੇ ਲੈਣੇ ਅਤੇ ਹੁਣ ਦੇਖਦੇ ਹਾਂ ਕਿਤੇ ਰਾਸਤੇ 'ਚ ਕੇਲੇ ਵਾਲੀ ਦੁਕਾਨ ਦੁਕਾਨ ਲੱਭਦੇ ਹਾਂ ਫਿਰ ਉੱਥੋਂ ਲੈਂਦੇ ਹਾਂ ਕੇਲੇ 2.5 ਕਿਲੋ ਕੇਲੇ ਦੋ ਜਗ੍ਹਾ ਪਾ ਦੇ ਪਾਣੀ ਸਾਫ ਜੇ ਪਰ ਵਧੀਆ ਵਧੀਆ ਪਾ ਦੀ ਯਾਰ ਖਰਾਬ ਜੇ ਨਾ ਪਾਈ ਜਾਨ ਪਾ ਪਾਉਣ ਆ ਇੱਕ ਮਿੰਟ ਐ ਤਾਂ ਨਹੀਂ ਪਿੱਛੇ ਕੋਈ ਪਾ ਦੇ ਯਾਰ ਵੀਰੇ ਵਧੀਆ ਵਧੀਆ ਜਿਹੇ ਕੇਲੇ ਇਹਦੇ ਫਰੂਟ ਫਰਾਟ ਵੀ ਵਧੀਆ ਪਏ ਨੇ ਹੈਂ ਸਾਫ ਸਾਫ ਜੇ ਖਰਾਬ ਜੇ ਨਾ ਹੋਣ ਅੱਛਾ ਪਾ ਦੇ ਫਿਰ ਲਓ ਵੀ ਕੇਲੇ ਆਪਾਂ ਲੈ ਲਏ ਸੀਗੇ ਉਹ ਪਏ ਆ ਪਿੱਛੇ ਇੱਧਰ ਬਾਕੀ ਸਮਾਨ ਪਿਆ ਹੁਣ ਆਪਾਂ ਤੁਹਾਨੂੰ ਭੂਆ ਕੇ ਘਰੇ ਜਾ ਕੇ ਮਿਲਦੇ ਹਾਂ
ਸ਼ਾਨੀਏ ਸ਼ਹਿਰਾ ਕਿੱਥੇ ਮਨਾਹੀ थोड़ी जी प्राइवेसी होंगी घर करके दूसरी भूआ के घर चले उथे पेपर डब्बा दे के फिर आप जल्दी जल्दी घर निकलना वा क्योंकि टाइम बड़ा हो गया 5 बज गए 6 बजे तक नेरा होने लग जाता तो मिलते हूँ आप भूआ के घर नाल दा ही पिंड है हाँ जिनी निकी उन्नी दिखी आ निकी जी एदी भूआ उम्र किन्नी होगी निकी जी 13-14 साल दे दूजे नूं देख लो ओ है कतूरा जिहा है बड्डी किवें मूछा मारन लग गया जवाक चक्की फिरन कहिंदे तां कतूरा निक्का जिहा मैं कहा इहदी उमर थोड़े नाल भी वड्डी आ 5-5 साल दे 13-13 साल दी आ निक्की जी प्यारी इहदा आ भी बेचारा थोड़ा सोहना वा डर गया चले चलो जी हम आप भी चलिए घर ना दिवाली सफाइया चलदिया भूआ ने रोन गड्डी मिल जाए आप लो जी हम आप भूआ को भी निकले आरा भी होने लग गया 6 ही बज गए हम आप आखिरी हाड़े भूआ को जाके डब्बा दे के आप मतलब आन जानी करना उत्थे फिर टाइम नाल घरे भी पहुँचना क्योंकि टाइम काफ़ी लचना घरे काफ़ी हो गया एक मिनट फोन आता लो भी जी हसनपुर आप पहुँच गए थे हम तो अग्गे दिखा वापस आप गड्डी मिला आन जानी करना वा तो फिर आप मिलते हैं बड़ा टाइम आप रुकना नहीं करे लो भी नेरा भी वाहवा हो गया 7 बज गए हूँ तो घर नहीं चलते हैं घर जाके फिर ब्लॉग ज एंड कर दीए तो टाइम भी ला जाना घंटा खंड जाने वधिया तो हाँ जी इतने रुक के खेड़ी आप सुसू ब्रेक ली एक छोटे जे तो स्ट्रैचिंग जी भी करते नेरा बहुत ज़्यादा हो गया देखो कित नहीं कुछ भी देखता इधर गड्डी खड़ी अपनी तो कित नहीं कुछ भी देखता तो हूँ आप दो तीन क पिंड रह गए उन्होंने छड़ के फिर आप घर चलीए नज़ारे ना फिर ब्लॉग एंड भी करना तो गड्डी अपनी बड़ी सोहनी लग रही है खड़ी अज बड़ा प्यार जहा रहा गड्डी से दूजी गड्डी बेचारी अज थोड़ी जी फटड़ हुई हुई है पंजाबी भाषा से जाने कि खराब हुई है थोड़ी जी तो हम चलो आप मिलते हैं रास्ते बच्ची अच्छा
ਘਰੇ ਆ ਗਏ ਸੀ ਆਪਾਂ ਤੇ ਹੁਣ ਤਾਂ ਟਾਈਮ ਬਾਲਾ ਹੋ ਗਿਆ ਮੈਂ ਹੁਣ ਰਾਤ ਨੂੰ ਜਦੋਂ ਐਡੀਟਿੰਗ ਕਰਨ ਲੱਗਿਆ ਉਦੋਂ ਵਲੌਗ ਬਣਾਉਣ ਲੱਗਿਆ 9 ਵੱਜ ਗਏ ਸੀਗੇ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਹੈ ਨਾ ਅਗਲਾ ਵੀਡੀਓ ਪ੍ਰੈਂਕ ਅਤੇ ਮਤਲਬ ਚੈਲੇਂਜ 'ਤੇ ਆਇਆ ਮੈਂ ਜੋਲੋ ਚਿਪਸ ਮੰਗਾ ਲਈ ਆ ਜੇ ਤੁਸੀਂ ਨਾ ਇਹ ਚੈਲੇਂਜ ਵੀਡੀਓ ਦੇਖਣਾ ਚਾਹੁੰਦੇ ਹੋ ਠੀਕ ਆ ਤਾਂ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਆ ਜੇ ਇੱਥੇ 200-300 ਤੋਂ ਵੱਧ ਵਿਊ ਆ ਗਏ ਠੀਕ ਹੈ ਫਿਰ ਆਪਾਂ ਜੋਲੋ ਚਿਪਸ ਚੈਲੇਂਜ ਜ਼ਰੂਰ ਕਰਾਂਗੇ ਇਹ ਕਰਾਂਗੇ ਆਪਣੇ ਕਿਸੇ ਖਾਸ ਮਿੱਤਰ ਨਾਲ ਠੀਕ ਆ ਅਤੇ ਬਸ ਆਹੀ ਸੀ ਆਪਣਾ ਜੀ ਅੱਜ ਦਾ ਵਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਛੋਟਾ ਜਿਹਾ ਵਲੌਗ ਸੀਗਾ ਅਤੇ ਮੈਂ ਭੂਆ ਦੇ ਘਰ ਤਾਂ ਨਹੀਂ ਦਿਖਾਇਆ ਜੀ ਕਿਉਂਕਿ ਨਾ ਪ੍ਰਾਈਵੇਸੀ ਵੀ ਕੁਛ ਹੁੰਦਾ ਵਾ ਤੁਹਾਨੂੰ ਪਤਾ ਹੀ ਆ ਅਤੇ ਪ੍ਰਾਈਵੇਸੀ ਕਰਕੇ ਤਾਂ ਕਰਕੇ ਮੈਂ ਜ਼ਿਆਦਾ ਕੁਛ ਦਿਖਾ ਨਹੀਂ ਸਕਿਆ ਉਹਨਾਂ ਦੇ ਘਰ ਦਾ ਅਤੇ ਹਾਂ ਉਹ ਜਿਹੜਾ ਪਹਿਲੀ ਵੀਡੀਓ ਮੇਰੇ ਤੋਂ ਪਹਿਲਾ ਛੋਟਾ ਜਿਹਾ ਕੁੱਤਾ ਆਇਆ ਸੀਗਾ ਉਹ ਸੀਗੀ ਸੋਹਣੀ ਉਹਦਾ ਨਾਮ ਮੈਂ ਰੱਖਿਆ ਸੀਗਾ ਸੋਹਣੀ ਦੂਸਰੀ ਸੀਗੀ ਨੂਰੀ ਅਤੇ ਜਿਹੜਾ ਬਰਾਊਨ ਜਿਹਾ ਸੀਗਾ ਉਹ ਸੀਗਾ ਰੌਕੀ ਅਤੇ ਥੈਂਕ ਯੂ ਵੈਰੀ ਮੱਚ ਵਲੌਗ ਦੇਖਣ ਲਈ ਆਹੀ ਸੀਗਾ ਜੀ ਅੱਜ ਦਾ ਵਲੌਗ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਵੈਰੀ ਮੱਚ ਇਹ ਗੱਲ ਯਾਦ ਰੱਖਿਓ ਵਲੌਗ ਜ਼ਰੂਰ ਆਊਗਾ ਇਹਦਾ ਆਹ ਦੇਖ ਲਓ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਨਾ ਸੀਲ ਵੀ ਲੱਗੀ ਹੋਈ ਆ ਦੇਖੋ ਹਜੇ ਸੀਲ ਵੀ ਲੱਗੀ ਹੋਈ ਆ ਆਪਾਂ ਸੀਲ ਵੀ ਨਹੀਂ ਖੋਲ੍ਹੀ ਹਜੇ ਤੱਕ ਹੁਣੀ ਖੋਲ੍ਹਿਆ ਸੀਗਾ ਹਜੇ ਠੀਕ ਆ ਅਤੇ ਵਲੌਗ ਜ਼ਰੂਰ ਆਊਗਾ ਜੀ ਜੇ ਤੁਸੀਂ 200-300 ਵਿਊਜ਼ ਤੋਂ ਉੱਪਰ ਕਹਿੰਦੇ ਆ ਵਿਊਜ਼ ਤੋਂ ਉੱਪਰ ਜੇ ਤੁਸੀਂ ਮਤਲਬ ਵਿਊ ਲਿਆ ਤਾਂ ਹੈ ਨਾ ਇਹ ਵਿਊ ਐਵੇਂ ਹੋਣਗੇ ਵੱਧ ਤੋਂ ਵੱਧ ਕਮੈਂਟ ਕਰਿਓ ਜਿੰਨੇ ਹੋ ਸਕਦੇ ਆ ਜਿੰਨੇ ਆਪਣੇ ਯਾਰਾਂ ਮਿੱਤਰਾਂ 'ਚ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰ ਦਿਓ ਅਤੇ ਥੈਂਕ ਯੂ ਵੈਰੀ ਮੱਚ ਇੱਥੇ ਤੱਕ ਵਲੌਗ ਦੇਖਣ ਲਈ ਬਾਏ ਬਾਏ ਟਾਟਾ।